वीर एह तन जाएगा Yeah.
कबीरा दूर सके इनके सिंघासन है गुलाब कभी गौर नाल देखियो टाणी दे थले वाले किसी हिस्से ते नहीं लगदा
ਆਪਾਂ ਕਿਸੇ ਚੀਜ਼ ਨੂੰ ਪ੍ਰਚੋਲਣਾ ਹੋਵੇ ਧਿਆਨ ਨਾਲ ਦੇਖਣਾ ਪਏਗਾ। ਗੁਲਾਬ ਦਾ ਫੁੱਲ ਟਾਹਣੀ ਦੇ ਥੱਲੇ ਵਾਲੇ ਹਿੱਸੇ ਤੇ ਨਹੀਂ ਲੱਗਦਾ, ਜਿੰਨੀਆਂ ਟਾਹਣੀਆਂ ਹੋਣਗੀਆਂ ਹਰ ਗੁਲਾਬ ਦੇ ਫੁੱਲ ਲਈ ਵੱਖਰੀ ਟਾਹਣੀ ਰਿਜ਼ਰਵ ਹੈ। ਗੁਲਾਬ ਲੱਗੇਗਾ ਉਹਨੂੰ ਆਪਣੀ ਟਾਹਣੀ ਚਾਹੀਦੀ, ਆਪਣੀ ਸ਼ਾਖਾ ਚਾਹੀਦੀ, ਤੇ ਹਰ ਸ਼ਾਖਾ ਦੇ ਅਖੀਰ ਤੇ ਗੁਲਾਬ ਖਿੜਦਾ ਹੈ। ਪਰ ਸਿੱਧਾ ਤੇ ਉੱਥੇ ਨਹੀਂ ਨਾ ਪਹੁੰਚਦਾ, ਗੁਲਾਬ ਜਿਹੜਾ ਖਿੜਿਆ ਟਾਹਣੀ ਤੇ ਫੁੱਲ ਬਣਿਆ, ਪਹਿਲਾਂ ਡੋਡੀ ਸੀ ਫਿਰ ਫੁੱਲ ਬਣਿਆ, ਉਹ ਚੱਲਿਆ ਜੜ ਤੋਂ ਹੈ ਤੇ ਸਾਰੀ ਟਾਹਣੀ ਦੇ ਸਫ਼ਰ ਨੂੰ ਕਰਦਿਆਂ ਕਰਦਿਆਂ ਉਹਨੂੰ ਇਹ ਪਤਾ ਹੈ ਵੀ ਟਾਹਣੀ ਦਾ ਹਰ ਰੋਮ ਰੋਮ ਕੰਡਿਆਂ ਨਾਲ ਭਰਿਆ ਹੋਇਆ ਹੈ। ਕੰਡਿਆਂ ਨਾਲ ਭਰਿਆ ਹੋਇਆ ਉਹਨਾਂ ਵਿੱਚੋਂ ਗੁਜ਼ਰਦਾ ਲੰਘਦਾ ਲੰਘਦਾ ਉਹ ਟੀਸੀ ਤੇ ਪੁੱਜਦਾ ਜਿੱਥੇ ਜਾ ਕੇ ਉਹਦੀ ਹੋਂਦ ਹੈ, ਟੀਸੀ ਤੇ ਪੁੱਜਦਾ। ਰਸਤੇ ਵਿੱਚ ਕੰਡਿਆਲੇ ਰਾਹ ਮਾਰਗ ਤੇ ਚੱਲਦਿਆਂ ਚੱਲਦਿਆਂ ਉਹਦਾ ਮਨ ਡਰਦਾ ਨਹੀਂ, ਮੇਰੇ ਰਸਤੇ ਬੜੇ ਭਿਆਨਕ ਨੇ, ਹਰ ਕਦਮ ਤੇ ਕੰਡੇ ਨੇ, ਡਰਦਾ ਨਹੀਂ, ਪੈਰ ਨਹੀਂ ਖਾਂਦਾ ਤੇ ਨਾ ਹੀ ਉਹ ਕੰਡਿਆਂ ਦੇ ਸੁਭਾਅ ਨੂੰ ਅਪਣਾਉਂਦਾ ਹੈ। ਉਹਦਾ ਰੰਗ ਵੀ ਨਵੇਕਲਾ ਦਾ ਨਵੇਕਲਾ ਰਹਿੰਦਾ, ਉਹਦੀ ਕੋਮਲਤਾ ਵੀ ਨਵੇਕਲਾ ਦੀ ਨਵੇਕਲੀ ਰਹਿੰਦੀ ਹੈ, ਉਹਦੀ ਖੁਸ਼ਬੂ ਵੀ ਨਵੇਕਲੀ ਰਹਿੰਦੀ ਹੈ, ਹਾਲਾਂਕਿ ਕੰਡਿਆਂ ਵਿੱਚ ਨਾ ਖੁਸ਼ਬੂ ਹੈ ਨਾ ਉਹਨਾਂ ਵਿੱਚ ਮੁਲਾਇਮਤਾ ਨਾਜ਼ੁਕਤਾ ਹੈ। ਪਰ ਕਿੰਨੀ ਅਜੀਬ ਗੱਲ ਹੈ, ਇਹੋ ਹੀ ਤੇ ਖਜ਼ਾਨਾ ਹੈ, ਇਹੋ ਹੀ ਤੇ ਗੁਣ ਹੈ ਗੁਲਾਬ ਦਾ, ਜਿਹਦੇ ਪਿੱਛੇ ਲੋਕ ਗੁਲਾਬ ਨੂੰ ਪਿਆਰ ਕਰਦੇ ਨੇ, ਕਿਉਂਕਿ ਉਹਦੇ ਵਿੱਚ ਕੋਮਲਤਾ ਹੈ, ਉਹਦੇ ਵਿੱਚ ਖੁਸ਼ਬੂ ਹੈ। ਜੇ ਰਸਤੇ ਵਿੱਚ ਉਹ ਕੰਡਿਆਂ ਨਾਲ ਸਾਂਝੀ ਕਰ ਲਏ ਤੇ ਉਹਦੇ ਕੋਲ ਨਾ ਰਹੇ, ਉਹ ਆਪਣੀ ਖੁਸ਼ਬੂ ਬੜੀ ਸੰਭਾਲ ਸੰਭਾਲ ਕੇ ਲੈ ਕੇ ਤੁਰਦਾ, ਮੈਂ ਅਜਾਈ ਨਹੀਂ ਗੁਆਉਣੀ ਤੇ ਆਪਣੀ ਹੋਂਦ ਕਾਇਮ ਕਰਦਾ ਹੈ ਉਸ ਸ਼ਾਖਾ ਦੀ ਸਿਰੇ ਤੇ ਜਾ ਕੇ ਸਿੰਘਾਸਨ ਤੇ। ਲੋਕ ਉਸਨੂੰ ਦੇਖਣਾ ਪਸੰਦ ਕਰਦੇ ਨੇ, ਉਹਦੀ ਕੀਮਤ ਹੈ, ਉਹਦੀ ਵੈਲਿਊ ਹੈ, ਪਰ ਹੈ ਬੜੀ ਥੋੜੀ ਜਿਹੀ ਉਮਰ। ਟੁੱਟਣ ਲਈ ਤਾਂ ਗੁਲਾਬ ਬਣੇ, ਜਿਸ ਦਿਨ ਗੁਲਾਬ ਖਿੜ ਪਿਆ, ਇੱਕ ਖਿਆਲ ਕਰਿਓ ਕਦੀ ਦੇਖਿਓ, ਜਿਸ ਵੇਲੇ ਪੂਰਾ ਗੁਲਾਬ ਖਿੜ ਜਾਏ ਉਸ ਤੋਂ ਬਾਅਦ ਪਲ ਨਹੀਂ ਲੱਗਦਾ ਉਹਦੀਆਂ ਪੱਤੀਆਂ ਝੜਨ ਦਾ, ਕੋਈ ਤੋੜਦੇ ਤੋੜੇ ਨਾ ਤੋੜੇ, ਪੱਤੀਆਂ ਆਪਣੇ ਆਪ ਪੱਤੀ ਪੱਤੀ ਹੋ ਜਾਂਦੀਆਂ, ਪੱਤੀ ਤੇ ਬਿਨ ਪੱਤੀਆਂ। ਉਹਦਾ ਖਿੜਨਾ ਉਹਦੀ ਮੌਤ ਦਾ ਪ੍ਰਤੀਕ ਹੈ। ਸਭ ਤੋਂ ਵੱਡਾ ਭੈਣ ਤਾਂ ਕੰਡੇ ਦਾ, ਕੰਡਿਆਂ ਦਾ ਹੀ ਨਹੀਂ ਮੌਤ ਦਾ ਹੁੰਦਾ, ਕੰਡੇ ਤਾਂ ਮਨੁੱਖ ਚਾਪ ਲੈਂਦਾ, ਮੌਤ ਤੋਂ ਕਿਵੇਂ ਬਚੇ, ਮੌਤ ਦਾ ਡਰ ਉਦੋਂ ਵੱਡਾ। ਪਰ ਕਿਹੜੀ ਅਜੀਬ ਗੱਲ ਹੈ, ਉਹਨੂੰ ਪਤਾ ਹੈ ਕਿ ਮੇਰਾ ਖਿੜਾਓ ਮੇਰੀ ਮੌਤ ਹੈ, ਫਿਰ ਵੀ ਖਿੜਦਾ, ਰੁਕਦੇ ਨਹੀਂ ਨਾ, ਮੈਂ ਖਿੜਨਾ ਹੀ ਨਹੀਂ ਕਿਉਂਕਿ ਜੇ ਖਿੜੂ ਖਿੜ ਪਿਆ ਤੇ ਮੌਤ ਹੋ ਜਾਏਗੀ। ਖਿੜਨਾ ਮੌਤ ਹੋਣ ਦੇ ਬਾਵਜੂਦ ਵੀ ਖਿੜਦਾ ਹੈ, ਖੁਸ਼ਬੂ ਦਿੰਦਾ ਹੈ, ਸੁੰਦਰਤਾ ਵੰਡਦਾ ਹੈ। ਗੁਰੂ ਕਹਿੰਦੇ ਨੇ ਬਸ ਗੁਲਾਬ ਕੋਲੋਂ
जीवन की आ गल सीख ले, गल सीख ले। तन ये शरीर गुरु साहब मेरे सतगुरु ने बाणी में गल आखी कह लगे फुल वालों तन मौत भी है ये तन जीवन भी है जिवें अर्ज की गुलाब खेड़ा भी है गुलाब का खेड़ा जरा है वो मौत भी है तन की है तन जीवन भी है जीवन का प्रतीक तन ही तो है इनके बीच भावे जीव बैठा है पर वह जीव तो कदे किसी ने वेखे ही नहीं हालांकि गुरु ने बाणी आख्या जीव पाए पिंड जिन साजिया जीव पाए पिंड जिन साजिया जीव पाए तन साजिया रखिया बन तू बनाए मालिक ने तेन तन दिता बड़ी सिफत है इनके पिछ जे इन सिफत ना होंगी तो गुरु इनकी सिफत ना करता बाणी में आखिया मानस जन्म दुलंब होत ना बारंबार ज्यों बन फल पाके पोहे गिरे बहर ना लागे दार किमती पर इनके नाल मौत जुड़ी हुई है जिवें मैं अर्ज की गुलाब खेड़ा है पर उनके नाल मौत जुड़ी हुई है खेड़ा नूं कह लगे ये जीवन तन जे तन जीवन है तन तो बिना जीवन जिहड़ा अंदर है उनका तो किसी नूं पता ही नहीं किसी ने देखा उस बिना संसार असी वसाउने आ जिहड़ी दुनिया की असी खूबसूरती देखने आ ये सारी तन करके ही है किसी ने कपड़े की पाने किसी ने टेलर की करना है किसी ने प्रिंट की करने ने किसी ने सड़क की करनी ने चंगिया कार हवाई जहाज किसी ने की करने ने जे तन ही ना हो जीव में तो किसी चीज की लोड़ ही नहीं कपड़े को जीव ने थोड़ा पाने हवाई जहाज से कोई जीव ने थोड़ा चढ़ना जिस दिन अजीब गल है तन की रहायश है जिथे है जिन्हिया लोड़ा ने तन दिया ने जिनी खूबसूरती असी संसार की इकट्ठी की देखने सारी तन के जिस दिन तन चला जाए क्योंकि जीव तो किसी ने यह गल वक्री है कि सतगुरु बाणी में गहराई में जाते हैं कहते हैं नहीं तन नहीं जाता जीव जाता क्योंकि गुरु में जीव दिसदा सानू जीव नहीं दिसदा असी कहने फलाना चला गया वह फलाना जिहड़ा लफ्ज़ जिहड़ा असी उन्हूं नाम दिता है वह तो तन करके दिता है जीव करके तो दिता नहीं असी जीव का ना नहीं रखिया जदों तन ने जन्म लिया है असी तन का नाम रखिया साड़ी जिंदगी दी जीवन दी पूरी कहानी तन ते खलोती है संसार जिन्ना है वो तन ते खलोता है
ਬਾਣੀ ਵਿੱਚ ਕਿਉਂ ਆਖਿਆ ਕਹਿਣ ਲੱਗੀ जैसे जल ते बुदबुदा पानी तो जल तो बुदबुदा बुलबुला पैदा होया तरंग पैदा होया। अरे ख्याल करो पानी की कोई खूबसूरती नहीं, खूबसूरती तो बुलबुले दी पानी वो एक पल ही पैदा होया है। उस बुलबुले तो थोड़ी जी छो भी हुई उन्हें फट जाना, बुलबुले नाल बहुत जुड़ी हुई पानी नाल नहीं। मौत का संबंध बुलबुले नाल है क्योंकि बुलबुला खत्म होना है पानी नहीं खत्म होना, पानी तो फिर है। नदियां दे कंडे जाइए, सरोवरां दे कंडे जाइए, दरिया दे कंडे जाइए, उत्थे बुलबुले पैदा होंदे ने। समुंदर दे कंडे जाइए, बुलबुले पैदा होंदे बणदे ने पर मिटदे भी नहीं। पर एक ख्याल करियो बुलबुला पैदा होंदा है ते मिटदा है, पानी नहीं, पानी मौजूद रहिंदा है उहदे विच, नवें बुलबुले पैदा हो जांदे। गुरु कहते हैं इसका मतलब है कि तेनू मैं बुलबुला आखा कि पानी आखा, सतना कि गहराई है। बाबा कबीर जी देख के एक स्लोक में मैं कहना उथे ही विचारने की लोड़ पैदी रह रही। कह लगे मैं तेन बुलबुला आखा कि पानी आखा, जो पानी आखा फिर तू मिटे ना मिट जाना, तू मिट जाना। सतगुरु ने पानी भी आख्या कह लगे मृत मंडल जग साजिया मृत मंडल जग साजिया ज्यों बालू कर बार बिन सत बार ना लगनी बिन सदे बार तो पार देर बिन सदे देर नहीं लगती। ਹੁਣ ਬੁਲਬੁਲੇ ਨੂੰ ਫੜਦਿਆਂ ਕਿੰਨੀ ਕੁ ਦੇਰ ਲੱਗਦੀ, ਬੁਲਬੁਲੇ ਹੋਰ ਪੈਦਾ ਹੋ ਜਾਂਦੇ ਨੇ ਗੱਲ ਵੱਖਰੀ ਹੈ, ਪਾਣੀ ਮੌਜੂਦ ਹੈ ਇਸ ਵਾਸਤੇ ਬੁਲਬੁਲੇ ਪੈਦਾ ਹੋਣੇ ਨੇ। ਕਹਿਣ ਲੱਗੇ ਇਸੇ ਤਰ੍ਹਾਂ ਪਰ ਖੂਬਸੂਰਤੀ ਬੁਲਬੁਲੇ ਦੀ ਹੈ। ਕਹਿਣ ਲੱਗੇ ਜਿੰਨਾ ਸੰਸਾਰ ਹੈ ਜਿੰਨੀ ਦੁਨੀਆਂ ਦੀ ਖੂਬਸੂਰਤੀ ਦੇਖ ਰਿਹਾ, ਜੇ ਖੂਬਸੂਰਤੀ ਨਾ ਹੁੰਦੀ ਦੁਨੀਆਂ ਕਿਸੇ ਨੂੰ ਚੰਗੀ ਨਾ ਲੱਗਦੀ। ਹਰ ਕਿਸੇ ਨੂੰ ਦੁਨੀਆਂ ਬੜੀ ਚੰਗੀ ਲੱਗਦੀ, ਕੋਈ ਦੁਨੀਆਂ ਅੰਦਰ ਦੁਖੀ ਹੋ ਕੇ ਵੀ ਨਹੀਂ ਛੱਡਣਾ ਚਾਹੁੰਦਾ, ਇੱਥੋਂ ਵੀ ਸੁਖੀ ਨਹੀਂ ਛੱਡਣਾ ਚਾਹੁੰਦਾ, ਦੁੱਖ ਵੀ ਨਹੀਂ ਛੱਡਣਾ ਚਾਹੁੰਦਾ। ਹੋਸਪਿਟਲ ਬੈੱਡ 'ਤੇ ਪਿਆ ਪੀੜਾ ਨਾਲ ਹਾਇਆ ਕਰ ਲਿਆ, ਪਰ ਅਜੇ ਵੀ ਡਾਕਟਰ ਨੂੰ ਇਹ ਨਹੀਂ ਕਹਿੰਦਾ ਕਿ ਮੈਨੂੰ ਅੱਗੇ ਜਾਣ ਦੇ, ਕਹਿੰਦਾ ਕੋਈ ਇੰਜੈਕਸ਼ਨ ਲਾ ਦੇ ਮੇਰੀ ਪੀੜਾ ਹਾਰ ਦੇ, ਮੈਂ ਕੁਝ ਦੇਰ ਹੋਰ ਜੀਵ ਲਵਾਂ ਦੁਨੀਆਂ ਦੇਖ ਲਵਾਂ। ਗੁਰੂ ਨੇ ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਆਖਿਆ ਅੱਖੀਂ ਦੇਖ ਨਾ ਰਚੀਆਂ, ਭਾਈ ਸਾਹਿਬ ਦੇ ਲਫ਼ਜ਼ ਨੇ ਕਹਿਣ ਲੱਗੀ ਅੱਖੀਂ ਦੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਇਹਨਾਂ ਵਿੱਚੋਂ ਕੋਈ ਰੰਗ ਤਮਾਸ਼ੇ ਹੈ ਨੇ ਇੱਥੇ ਜਿਹਨੂੰ ਅੱਖਾਂ ਦੇਖਣਾ ਚਾਹੀਦੀਆਂ, ਹਾਲਾਂਕਿ ਉਹ ਰੰਗ ਹਮੇਸ਼ਾ ਨਹੀਂ ਰਹਿੰਦੇ ਕਿ ਮੇਰੀ ਤੁਹਾਡੀ ਕਿਸੇ ਹੋਰ ਦੀ ਖੂਬਸੂਰਤੀ ਸੁੰਦਰਤਾ ਹਮੇਸ਼ਾ ਰਹਿ ਜਾਣੀ ਕਿ ਜਵਾਨੀ ਜੋਬਨ ਹਮੇਸ਼ਾ ਰਹਿ ਜਾਣਾ, ਹਮੇਸ਼ਾ ਨਹੀਂ ਰਹਿੰਦਾ। ਪਰ ਫਿਰ ਵੀ ਲੋਕ ਦੇਖਣਾ ਚਾਹੁੰਦੇ ਨੇ, ਇਸ ਦੁਨੀਆਂ ਵਿੱਚ ਰਹਿਣਾ ਚਾਹੁੰਦੇ ਨੇ ਕਿਉਂਕਿ ਦੁਨੀਆਂ ਇਹਨੂੰ ਖੂਬਸੂਰਤ ਲੱਗਦੀ। ਪਰ ਇੱਕ ਖਿਆਲ ਕਰਿਓ ਉਹ ਤਨ ਕਰਕੇ ਹੀ ਲੱਗਦੀ ਹੈ, ਜਿੰਨੀ ਦੇਰ ਤਨ ਦੇ ਵਿੱਚ ਜੀਉ ਹੈ, ਜੇ ਜੀਉ ਕੋਲੋਂ ਤਨ ਲੈ ਲਵੇ ਰੱਬ ਵੱਖਰਾ ਕਰ ਦੇਵੇ ਤਾਂ ਜੀਉ ਨੂੰ ਕੌਣ ਦੇਖਣਾ ਚਾਹੁੰਦਾ, ਭੂਤ ਕਿਉਂ ਜਾਂਦੇ। ਇਕੱਲਾ ਜੀਉ ਦਿਸ ਪਵੇ ਨਾ ਮਨੁੱਖ ਡਰ ਕੇ ਅੰਦਰ ਬਣ ਜਾਂਦਾ, ਭੂਤ ਨਾ ਭੂਤ ਆ ਗਿਆ, ਦੇਖਣਾ ਤਾਂ ਤਨ ਨੂੰ ਚਾਹੁੰਦਾ।
ਤੇ ਗੁਰੂ ਨੇ ਆਪਣੀ ਰਚਨਾ ਤੋਂ ਬਾਣੀ ਅੰਦਰ ਇਹੋ ਗੱਲ ਆਖੀ। ਕਹਿਣ ਲੱਗੇ ਮਾਲਕ ਨੇ ਜੀਉ ਨੂੰ ਤਣ ਦਿੱਤਾ ਹੈ, ਇਸ ਲਈ ਤਾਂ ਕਿ ਤੂੰ ਖੂਬਸੂਰਤ ਲੱਗੇ। ਇਹ ਜੀਉ ਤੈਨੂੰ ਕਿਸੇ ਨੇ ਇਕੱਲੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ, ਲੋਕ ਡਰਨਗੇ। ਮੈਂ ਤੈਨੂੰ ਤਣ ਬੜਾ ਖੂਬਸੂਰਤ ਦੇਣਾ ਚਾਹੁੰਦਾ। ਗੁਰੂ ਨੇ ਐਵੇਂ ਨਹੀਂ ਆਖਿਆ। ਕਹਿਣ ਲੱਗੇ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਇਹੋ ਜਿਹੀ ਬਣਤ ਬਣਾਏ ਕਿ ਅੱਖੀਂ ਦੇਖੇ ਜੇਬਾ ਬੋਲੇ ਕੰਨੀ ਸੁਰਤ ਸਮਾਏ, ਪੈਰੀਂ ਚੱਲੇ ਹੱਥੀਂ ਕਰਨਾ ਦਿੱਤਾ ਪਹਿਨੇ ਖਾਏ। ਪਰ ਕਿਹੜੀ ਅਜੀਬ ਗੱਲ ਹੈ, ਜਿਹਨੇ ਰਚ ਰਚਿਆ ਤਿਸੇ ਨਾ ਜਾਵੇ, ਜਿਹਨੇ ਇੰਨਾ ਖੂਬਸੂਰਤ ਤਣ ਦਿੱਤਾ, ਖੂਬਸੂਰਤ ਤਣ ਦਿੱਤਾ ਹੈ, ਜਿਹਨੂੰ ਦੇਖਣਾ ਹੀ ਲੋਕ ਗਨੀਮਤ ਸਮਝਦੇ ਨੇ। ਜਿਸ ਦਿਨ ਜੀਉ ਕੋਲੋਂ ਤਣ ਵੱਖ ਹੋ ਗਿਆ, ਉਸ ਦਿਨ ਜੀਉ ਨੂੰ ਕਿਸੇ ਨੇ ਪੁੱਛਣਾ ਤੇ ਤਣ ਵੀ ਖੂਬਸੂਰਤ ਨਹੀਂ ਰਹਿਣਾ। ਸੁਣੀਏ, ਖੂਬਸੂਰਤੀ ਦੇਖਣਾ ਚਾਹੁੰਦੀ, ਸੁਭਾਅ ਬਦਸੂਰਤੀ ਨਹੀਂ ਦੇਖਣਾ ਚਾਹੁੰਦੀ। ਕਹਿਣ ਲੱਗੇ ਬਸ ਆਹ ਦੋ ਗੱਲਾਂ ਸਮਝ ਲੈ, ਤਨ ਤੈਨੂੰ ਖੂਬਸੂਰਤ ਮਿਲੀ ਹੈ, ਤੇਰੀ ਖੂਬਸੂਰਤੀ ਹੈ। ਸਾਰਾ ਸੰਸਾਰ ਜੋ ਵੀ ਤੂੰ ਦੇਖ ਰਿਹਾ, ਜਿਹਨੂੰ ਲੋਕ ਛੱਡਣਾ ਨਹੀਂ ਚਾਹੁੰਦੇ, ਇੰਨਾ ਖੂਬਸੂਰਤ ਸੰਸਾਰ ਜਿਹੜਾ ਨਾ ਉਹ ਤਨਾਂ ਕਰਕੇ ਹੈ। ਜੇ ਲੋਕਾਂ ਦੇ ਤਨ ਖਤਮ ਹੋ ਜਾਣ, ਕੋਈ ਸੰਸਾਰ ਦਾ ਖੂਬਸੂਰਤੀ ਦਾ ਕੰਮ ਨਾ ਰਹੇ। ਜੇ ਕੋਈ ਸੂਤ ਸਮਝਦਾ ਤਨ ਲਈ, ਜੇ ਕੋਈ ਭੋਜਨ ਬਣਾਉਂਦਾ ਤਾਂ ਤਨ ਲਈ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ। ਅਨੇਕ ਯਤਨ ਕਰ, ਅਨੇਕ ਯਤਨ ਕਰ ਕਾਇਆ ਪਾਲੀ, ਚੋਆ ਚੰਦਨ ਮਰਦਨ ਅੰਗਾ। ਸਾਰੀ ਖੂਬਸੂਰਤੀ ਤਨ ਕਰਕੇ, ਜੇ ਮੈਂ ਅਰਜ਼ ਕੀਤੀ ਸੀ ਗੁਲਾਬ ਦਾ ਇੱਕ ਪੱਖ ਕਿ ਖੂਬਸੂਰਤ, ਤੇ ਦੂਜਾ ਪੱਖ ਜਿਸ ਦਿਨ ਖਿੜ ਗਿਆ ਗੁਲਾਬ ਉਸ ਦਿਨ ਉਹਦੀ ਮੌਤ ਹੈ। ਖਿੜਿਆ ਹੋਇਆ ਗੁਲਾਬ ਹਮੇਸ਼ਾ ਨਹੀਂ ਰਹਿ ਸਕਦਾ, ਉਹ ਪੱਤੀਆਂ ਪੱਤੀਆਂ ਕਰਕੇ ਰੱਖੀਆਂ ਜਾ ਸਕਦੀਆਂ ਨੇ, ਤੁਸੀਂ ਖਿੜੇ ਹੋਏ ਗੁਲਾਬ ਨੂੰ ਨਹੀਂ ਸੰਭਾਲ ਕੇ ਰੱਖ ਸਕਦੇ। ਉਹ ਓਨੀ ਦੇਰ ਹੀ ਰਹੇਗਾ ਜਿੰਨੀ ਦੇਰ ਪੂਰਾ ਨਹੀਂ ਖਿੜਦਾ, ਉਹਦਾ ਪੂਰਾ ਖਿੜਨਾ ਹੀ ਉਹਦੀ ਮੌਤ ਹੈ। ਕਹਿਣ ਲੱਗੇ ਸੰਸਾਰ ਖੂਬਸੂਰਤ ਹੈ ਤਣ ਕਰਕੇ, ਪਰ ਤੈਨੂੰ ਇਹ ਪਤਾ ਹੋਵੇ ਇਹ ਤਣ ਖੂਬਸੂਰਤੀ ਦਾ ਪ੍ਰਤੀਕ ਵੀ ਹੈ, ਸੰਸਾਰ ਨੂੰ ਸੁੰਦਰ ਬਣਾ ਰਿਹਾ, ਆਪ ਵੀ ਖੂਬਸੂਰਤ ਹੈ ਬਣਾ ਵੀ ਰਿਹਾ। ਪਰ ਕਹਿਣ ਲੱਗੇ ਦੂਜੇ ਪਾਸੇ ਤਣ ਮੌਤ ਵੀ ਹੈ, ਕਿਉਂਕਿ ਤਣ ਹਮੇਸ਼ਾ ਨਹੀਂ ਰਹਿਣਾ। ਲੋ ਆਹ ਦੋ ਗੱਲਾਂ ਸਮਝਣ ਵਾਲੀਆਂ ਨੇ ਬਾਬਾ ਕਬੀਰ ਜੀ ਨੇ ਇਸੇ ਲਈ ਇੱਕ ਲਫ਼ਜ਼ ਵਰਤ ਦਿੱਤੇ। ਕਹਿਣ ਲੱਗੇ ਜੇ ਇਹਨੂੰ ਖੂਬਸੂਰਤ ਸਮਝ ਕੇ ਸੰਭਾਲਣਾ ਚਾਹੇ, ਵੀ ਮੇਰਾ ਤਣ ਤਾਂ ਖੂਬਸੂਰਤ ਜਾਂ ਮੇਰੇ ਪੁੱਤਰ ਦਾ ਤਣ ਖੂਬਸੂਰਤ, ਇਹ ਨਹੀਂ ਜਾਣਾ ਚਾਹੀਦਾ। ਨਹੀਂ, ਕਹਿਣ ਲੱਗੇ ਨਹੀਂ, ਤੇਰੇ ਕੋਲ ਕੋਈ ਸ਼ਕਤੀ ਹੈ ਤੇ ਇਹਨੂੰ ਸੰਭਾਲ ਕੇ ਰੋਕ ਕੇ ਰੱਖ ਲੈ। ਦੁਨੀਆਂ ਅੰਦਰ ਬਾਦਸ਼ਾਹ ਸੰਸਾਰ ਦੇ ਦੌਲਤਮੰਦ ਲੋਕ ਵੀ ਆਏ, ਉਹ ਤਾਂ ਖਰੀਦ ਸਕਦੇ ਹੋ ਤਨ ਨੂੰ, ਤਾਂ ਕਦੀ ਨਾ ਜਾਣਦੇ। ਦੁਨੀਆਂ ਦੇ ਅੰਦਰ ਬਲਵਾਨ ਵੀਰ ਯੋਧੇ ਵੀ ਆਏ, ਜੇ ਉਹ ਜ਼ਬਰਨ ਰੱਖ ਸਕਦੇ ਹੋਣ ਇਸ ਤਨ ਨੂੰ ਆਪਣੇ ਜ਼ਬਰ ਸ਼ਕਤੀ ਦਾ, ਉਹ ਨਾ ਜਾਣਦੇ। ਸੁਰਮੇ ਵੀ ਚਲੇ ਗਏ,
ਦੌਲਤਮੰਦ ਵੀ ਚਲੇ ਗਏ ਜਿਹਨਾਂ ਕੋਲ ਲੱਖਾਂ ਕਰੋੜਾਂ ਸਨ ਉਹ ਵੀ ਨੰਗੇ ਪੈਰੀ ਗਏ ਉਹਨਾਂ ਨੂੰ ਜੋੜਾ ਪਾਉਣਾ ਵੀ ਮਹਿਸੂਸ ਆਪਣੀ ਰਸਤਾ ਤੋਂ ਬਾਬਾ ਕਬੀਰ ਰੱਖਦੇ ਕਹਿੰਦੇ बाबा
ਕਬੀਰ ਜੀ ਵੀ ਇਹੋ ਗੱਲ ਆਖਦੇ ਨੇ ਜੇ ਤਨ ਮਿਲਿਆ ਤੇ ਇਹਨੇ ਚਲਾ ਜਾਣਾ ਹੈ ਤੇ ਕਿਉਂ ਨਾ ਇਹਦੇ ਕੋਲੋਂ ਕਰਮ ਧਰਤੀ ਹੈ ਤੇ ਕੁਛ ਕਰਾ ਲਵਾਂ ਮਸਲਾ ਤਾਂ ਹੈ ਸਰੀਰ ਕਰਮ ਧਰਤੀ ਕਰਨ ਲਈ ਬਣਿਆ ਤੇ ਇਹਨੇ ਚਲਾ ਜਾਣਾ ਹੈ ਪਹਿਲੇ ਕਬੀਰ ਜੀ ਦੇ ਸਲੋਕ ਮੁਤਾਬਕ ਤੇਰੇ ਗ੍ਰਿਪ ਵਿੱਚ ਨੇ ਤੇਰੀ ਮਰਜ਼ੀ ਤੇ ਨਿਰਭਰ ਨਹੀਂ ਤੂੰ ਇਹਨੂੰ ਰੋਕ ਨਹੀਂ ਸਕਦਾ ਦੁਨੀਆ ਦਾ ਦੌਲਤਮੰਦ ਵੀ ਕੋਈ ਨਹੀਂ ਰੋਕ ਸਕੇ ਬਲਵਾਨ ਵੀ ਨਹੀਂ ਰੁਕ ਸਕੇ ਇਹਨੇ ਚਲਾ ਜਾਣਾ ਤੇਰੇ ਰੋਕਦਿਆਂ ਵੀ ਚਲਾ ਜਾਣਾ ਤੇ ਜੇ ਚਲਾ ਹੀ ਜਾਣਾ ਤੇ ਹੈ ਵੀ ਕਰਮ ਧਰਤੀ ਕਰਮ ਕਰਨ ਲਈ ਬਣਿਆ ਤਾਂ ਫਿਰ ਇਹ ਇਹਦਾ ਕਰਮ ਕੀ ਹੈ ਉਹ ਇਹਨੂੰ ਸਮਝਾ ਦੇ ਅਗਲਾ ਸਲੋਕ ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਏ ਕਿਸ ਰਾਹ ਲਾਵਾਂ ਕਿੰਨੇ ਕਰਮ ਤਾਂ ਕਰਨੇ ਨੇ ਕਿਸ ਰਾਹ ਪਾਵਾਂ ਕਿਹਨੂੰ ਮੰਜ਼ਿਲ ਮਿਲੇ ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਏ ਕਿਹੜੇ ਰਾਹ ਇਹਨੂੰ ਪਾਵਾਂ ਕਿ ਇਹ ਨਾ ਹੋਵੇ ਭਟਕਿਆ ਹੀ ਫਿਰਦਾ ਰਹੇ ਇਹਨੂੰ ਕੋਈ ਮੰਜ਼ਿਲ ਹੀ ਨਾ ਮਿਲੇ ਸਾਰੀ ਜ਼ਿੰਦਗੀ ਕਰਮ ਤਾਂ ਇੰਨੇ ਕਰਨੇ ਹੀ ਨੇ ਮਨੁੱਖ ਕਰਦਾ ਹੀ ਹੈ ਨਾ ਪਰ ਉਹਨਾਂ ਕਰਮਾਂ ਦਾ ਕੀ ਫਲ ਹੈ ਇਹਨੂੰ ਪਤਾ ਹੀ ਨਹੀਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹਦਾ ਕੀ ਲਾਭ ਹੈ ਜੀਵਨ ਕਿਵੇਂ ਬਰਬਾਦ ਹੋ ਰਿਹਾ ਇਹਨੂੰ ਕੋਈ ਪਤਾ ਨਹੀਂ ਪਿਛਲੇ ਦਿਨਾਂ ਵਿੱਚ ਇੱਕ ਪੋਸਟ ਪਾਈ ਸੀ ਉਹਦੇ 'ਚ ਲਫ਼ਜ਼ ਕਹਿ ਸਕ ਬਾਬਾ ਰਵਿਦਾਸ ਜੀ ਦਾ ਇੱਕ ਸ਼ਬਦ ਹੈ ਉਹਦੇ ਲਫ਼ਜ਼ ਸਨ ਕਿ ਜਾਨ ਅਜਾਨ ਭਏ ਹਮ ਪਾਵਰ ਲਫ਼ਜ਼ ਜਾਨ ਅਜਾਨ ਕੁਛ ਜਾਣ ਕੇ ਬੌਰੇ ਹੁੰਦੇ ਨੇ ਕੁਝ ਅਜਾਨ ਬੌਰੇ ਹੁੰਦੇ ਨੇ ਮੈਂ ਅਰਜ਼ ਕੀਤੀ ਸੀ ਅਜਾਨ ਬੌਰੇ ਤਾਂ ਉਹ ਨੇ ਨਾ ਜਿਹਨਾਂ ਨੂੰ ਪਤਾ ਹੀ ਨਹੀਂ ਅਜਾਨ ਬੌਰੇ ਉਹਨਾਂ ਨੂੰ ਪਤਾ ਹੀ ਨਹੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਕੀ ਖਾ ਰਹੇ ਹੋ ਕੀ ਨਹੀਂ ਖਾ ਬਹਿਸ ਕੀਤੀ ਸੀ ਕੁਝ ਜਾਣ ਕੇ ਵੀ ਬੌਰੇ ਹੁੰਦੇ ਨੇ ਜਿਹਨਾਂ ਨੂੰ ਵਕੀਲ ਆਖਦੇ ਨੇ ਅਦਾਲਤ ਵਿੱਚ ਜਾ ਕੇ ਫਿਰ ਪਾਗਲ ਬਣ ਜਾਈ ਪਾਗਲ ਬਣਦੇ ਫਿਰ ਪਾਗਲਾਂ ਵਾਲੀ ਬੌਰਿਆਂ ਵਾਲੀ ਐਕਟਿੰਗ ਕਰਦੇ ਨੇ ਸਮਝਦੇ ਨੇ ਬਹਿਸ ਕੀਤੀ ਸੀ ਬਾਬਾ ਰਵਿਦਾਸ ਆਖ ਰਹੇ ਨੇ ਮੈਂ ਇਸ ਦੁਨੀਆਂ ਅੰਦਰ ਵੇਖ ਰਿਹਾ ਇੱਥੇ ਜਾਣਕਾਰ ਵੀ ਬੜੇ ਬੋਰੇ ਨੇ ਅਜਾਣ ਵੀ ਬੜੇ ਬੋਰੇ ਨੇ ਜਾਣ ਅਜਾਣ ਭਏ ਹਮ ਬਾਵਰ ਕਿਉਂ ਕਿਉਂਕਿ ਸੋਚ ਅਸੋਚ ਦਿਵਸ ਜਾਹੀ ਕੁਝ ਸੋਚਾਂ ਵਾਲੇ ਲੋਕ ਜਿਹੜੇ ਆਪਣੀ ਸੋਚ ਤੇ ਨਿਰਭਰ ਨੇ ਤੇ ਕੁਝ ਅਸੋਚ ਜਿਹਨਾਂ ਕੋਲ ਸੋਚ ਹੈ ਨਹੀਂ ਉਹ ਦੋਨਾਂ ਦਾ ਜੀਵਨ ਰੂਪੀ ਦਿਨ ਜਿਹੜਾ ਖਤਮ ਹੋ ਰਿਹਾ ਮੌਤ ਦੀ ਰਾਤ ਨੇੜੇ ਆ ਰਹੀ ਹੈ ਜੋ ਦਿਨ ਆਵੇ ਸੋ ਦਿਨ ਜਾਹੀ ਕਿਉਂਕਿ ਦਿਨ ਨੇ ਵੀ ਡੁੱਬਣਾ ਚਲਾ ਕਰਨਾ ਕੂਚ ਰਹਿਣ ਫਿਰ ਨਹੀਂ ਕਹਿਣ ਲੱਗੇ ਇਸ ਲਈ ਚੰਗੀ ਗੱਲ ਹੈ ਕਿਹੜੇ ਰਾਹ ਇਹਨੂੰ ਪਾਵੇ ਤਾਂ ਕਿ ਮੰਜ਼ਿਲ ਮਿਲੇ ਬਾਬਾ ਕਬੀਰ ਜੀ ਨੇ ਆਖਿਆ ਕਹਿਣ ਲੱਗੇ ਕੋਈ ਭੁਲੇਖਾ ਨਹੀਂ ਰੱਖਿਆ ਕਹਿਣ ਲੱਗੇ
जे इनु रस्ता दसनाई किसे चंगे राह पानाई ता इको ही तरीका है कै संगत कर साधकी जा गुरु दी शरण विच आ जावे जा रब दे गुण गाए ताकि इनु पता लग जाए प्रभु दे गुण रूपी रस्ता की है ते गुरु दा उपदेश रूप रस्ता की है कह लगी कै संगत संसार दी खूबसूरती है पर तन नाल मौत है जो दिसे सो सदर बिना से तन नाल मौत जुड़ी हुई जिवें गुलाब दा खिड़ाऊ है पर खिड़ाऊ नाल मौत जुड़ी हुई है इसलिए संसार दी खूबसूरती देख देख इनु पकड़न दी कोशिश न कर गुलाब दी खूबसूरती देख इनु फड़न दी कोशिश न कर पति पति हो जाएगा क्योंकि दो चीजां आपस में जुड़ी हुई हैं सुंदरता ते मौत इन्हां नु पछाणना है कि तन जिन्हें दिता है ओनू पछाण ओनू देख गुलाब विच रंग किन्ने भरे ने गुलाब विच सुंदरता किन्ने पाई है बस जिस दिन तू ए देखना शुरू करेगा उस दिन फिर गुलाब दी पकड़ नहीं जिवें बाबा कबीर जी का एक शब्द ਬਾਣੀ ਵਿੱਚ ਆਇਆ ਸੀ ਕਿ ਉਹ ਜੋ ਦਿਸੇ ਅੰਬਰ ਤਾਰੇ ਕਿਨਵੇ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾ ਸੋ ਲਾਗਾ ਕਹਿਣ ਲੱਗੇ ਦੁਨੀਆ ਦੇ ਲੋਕ ਤੁਸੀਂ ਤਾਰੇ ਵੇਖਦੇ ਹੋ ਮੈਂ ਤਾਰਿਆਂ ਨੂੰ ਸਿਰਜਣ ਵਾਲਾ ਦੇਖ ਲੱਗਾ
ਤੁਸੀਂ ਵੇਖਦੇ ਹੋ ਤਾਰੇ ਬੜੇ ਖੂਬਸੂਰਤ ਨੇ, ਰਾਤ ਦੇ ਅੰਧੇਰੇ ਵਿੱਚ ਚਮਕਦੇ ਨੇ, ਰਾਤ ਦੀ ਸੁੰਦਰਤਾ ਨੇ, ਰਾਤ ਦਾ ਖਿੜਾਉ। ਜੇ ਤਾਰੇ ਅਸਮਾਨ 'ਤੇ ਨਾ ਹੋਣ, ਰਾਤ ਬਦਸੂਰਤ ਹੋ ਜਾਂਦੀ ਹੈ, ਅੰਧੇਰੀ ਰਾਤ ਹੋ ਜਾਂਦੀ ਹੈ। ਰਾਤ ਦੀ ਖੂਬਸੂਰਤੀ ਨੇ, ਪਰ ਮੈਂ ਸੋਚਦਾ ਇਹ ਰਾਤ ਦੀ ਖੂਬਸੂਰਤੀ ਤਾਰੇ ਬਣਾਏ ਕਿੰਨੇ ਨੇ, ਇਹ ਆਪਣਾ ਆਪਣਾ ਨਜ਼ਰੀਆ ਸੋਚ ਨੇ। ਹੋਏ ਜੋ ਦਿਸੇ ਉਮਰ ਤਾਰੇ, ਕਿਹਨੂੰ ਇਹ ਚੀਤੇ ਚੀਤਨ ਹਾਰੇ। ਦੁਨੀਆਂ ਸੰਸਾਰ ਬੜਾ ਖੂਬਸੂਰਤ ਹੈ, ਪਰ ਇਸ ਵਿੱਚੋਂ ਲੱਭਣਾ ਕੀ ਹੈ ਇਹ ਜੱਗ, ਸੱਚੇ ਕੀ ਹੈ ਕੋਠੜੀ, ਇਹ ਸੰਸਾਰ ਬਣਾਇਆ ਕਿਸਨੇ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ। ਰੰਗੀ ਰੰਗੀ ਭਾਰਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀਤਾ ਆਪਣਾ ਜਿਸ ਦਿਸਦੀ ਵਡਿਆਈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।